بسم اللہ الرحمن الرحیم السلام علیکم میرے تمام دوستو میرے تمام بھائیو تمام سبسکرائبر تمام ویورز تمام ویکھن والے نو اج تاریخ 15 ہے دوستو 7واں مہینہ ہے 2019 ہے دوستو یہ مجھ دی ویڈیو لائیو تھی تقریبا کچھ دن پہلے شاید ڈیٹ نہیں مینوں یاد ਤੇ 마शाल्लाह 마शाल्लाह ਹੈ چھوٹے جسم ਦੀ ਮਾਈ ਸੀ ਤੇ ਲੇਕਿਨ ਜਿਉ ਜਿਤਨਾ ਕੋ ਹੈ ਸਸੂ ਹਰ ਪਾਸੂ ਪੂਰੀ ਤੇ ਬਹੁਤ ਅੱਛਾ ਜਾਨਵਰ ਹੈ ਅੱਲਾਹ ਪਾਕ ਨਸੀਬ ਕਰੇ ਭਾਈ ਉਹਨਾਂ ਨੂੰ ਚੋਣੀ ਪੀਣੀ ਚੁਗਣੀ ਦੇਣੇ ਜੀ ਅੱਲਾਹ ਪਾਕ ਐਦੇ ਸਾਲਮੇ ਕਰੇ ਬਹੁਤ ਅੱਛਾ ਜਾਨਵਰ ਹੈ ਬਹੁਤ ਦੁੱਧਲੀ ਮਾਜੋਬੇ ਦੀ ਬਹੁਤ ਅੱਛੀ ਚੀਜ਼ ਹੈ ਨੇ ਇਹਦੇ ਵਿੱਚ ਤੇ ਦੋਸਤੋ ਆਪਣੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰ ਲਓ ਆਪਣੇ ਮवेशੀ ਮੰਡੀ ਟੀਵੀ ਨੂੰ ਤਾਂ ਕਿ ਤੁਹਾਡੇ ਤੱਕ ਸਾਡੇ ਮਜ਼ੀਦ ਜਾਨਵਰਾਂ ਦੀ ਵੀਡੀਓ ਜਿਹੜੀ ਉਹ ਆਂਦੀ ਰਵੇ ਤੁਹਾਨੂੰ ਵੇਖਣ ਵਾਸਤੇ ਲੈਣ ਵਾਸਤੇ ਅੱਛੇ ਤੋਂ ਅੱਛਾ ਜਾਨਵਰ ਮਿਲਦਾ ਰਹੇ ਬਹੁਤ ਸੇ ਦੋਸਤ ਗਿਲਾ ਸ਼ਿਕਵਾ ਕਰਦੇ ਨੇ ਕਿ ਤੁਹਾਡੇ ਜਾਨਵਰ ਦੀ ਵੀਡੀਓ ਆਂਦੀ ਹੈ ਵਿਕਣ ਤੋਂ ਬਾਅਦ ਤੇ ਤੁਸੀਂ ਉਹ ਵੀਡੀਓ ਕਿਉਂ ਲੋਡ ਕਰਦੇ ਹੋ ਜਿਸ ਟਾਈਮ ਜਾਨਵਰ ਵਿਕ ਗਏ ਹੁੰਦੇ ਦੋਸਤੋ ਵੀਡੀਓ ਅਪਲੋਡ ਕਰਨ ਦੇ ਦੋ ਮਕਸਦ ਨੇ ਮੇਨ ਪਹਿਲਾ ਮਕਸਦ ਦੋਸਤੋ ਇੱਕ ਤੇ ਸ਼ੋਕੇ ਦੂਸਰਾ ਦੋਸਤੋ ਰਹਿਨਮਾਈ ਦੋਸਤੋ ਜਾਨਵਰ ਵੇਖ ਜਾਂਦਾ ਹੈ ਇੱਕ ਤੇ ਦੋਸਤੋ ਚੈਨਲ ਤੇ ਰੌਣਕ ਮੇਲਾ ਲੱਗਦਾ ਰਹਿੰਦਾ ਹੈ ਤੁਹਾਡੇ ਨਾਲ ਰابطਾ ਰਹਿੰਦਾ ਹੈ ਕਭ ਸ਼ਬ ਸਮਝੋ ਸਾਡੇ ਚੈਨਲ ਦੀ ਸਾਡੇ ਫਾਰਮ ਦੀ ਅਪਡੇਟ ਤੁਹਾਡੇ ਤੱਕ ਆਂਦੀ ਰਹਿੰਦੀ ਦੂਸਰਾ ਦੋਸਤਾਂ ਨੂੰ ਪਤਾ ਚੱਲ ਜਾਂਦਾ ਹੈ ਕਿ ਇਹ ਜਾਨਵਰ ਫਰੋਖਤ ਹੋ ਚੁੱਕਾ ਹੈ ਇਹ ਜਾਨਵਰ ਵੇਚ ਗਿਆ ਉਹ ਇਨਫਾਰਮ ਹੋ ਜਾਂਦਾ ਨਹੀਂ ਤੇ ਦੋਸਤਾਂ ਨੂੰ ਕਿਵੇਂ ਪਤਾ ਹੋਵੇ ਕਿ ਕਿਹੜਾ ਜਾਨਵਰ ਹੈ ਜਾਂ ਕਿਹੜਾ ਵੇਚ ਗਿਆ ਤੇ ਯਕੀਨ ਮੰਨੋ ਦੋਸਤਾਂ ਨੂੰ ਕੋਈ ਯਾਦ ਹੁੰਦਾ ਵਿੱਚ ਇੱਕ ਦੋ ਜਾਨਵਰ ਦੀ ਵੀਡੀਓ ਨਹੀਂ ਅਸੀਂ ਅਪਲੋਡ ਕੀਤੀ ਤੇ ਮਸਲਾ ਨਹੀਂ ਟਾਈਮ ਹੋਇਆ ਨਹੀਂ ਕੁਝ ਕਰ ਸਕੇ ਉਹ ਦੋਸਤਾਂ ਪੁੱਛੀਆਂ ਨੇ ਯਾਰ ਉਹ ਜਾਨਵਰ ਦੀ ਵੀਡੀਓ ਨਹੀਂ ਅਪਲੋਡ ਦੀ ਆਈ ਵੇਖ ਗਿਆ ਹੈ ਨੇ ਮੈਂ ਕਿਹਾ ਯਾਰ ਉਹ ਵੇਖ ਗਿਆ ਜਾਨਵਰ ਅਪਲੋਡ ਨਹੀਂ ਹੋਈ ਮੈਂ ਕਿਹਾ ਉਹ ਵੀਡੀਓ ਇੱਕ ਦੋ ਬਣੀ ਕੋ ਨਹੀਂ ਤੇ ਕੁਝ ਬਣੀ ਪਤਾ ਨਹੀਂ ਕਿਹੋ ਜੀ ਬਣੀ ਉਹ ਚੜੀ ਕੋ ਨਹੀਂ ਵੀਡੀਓ ਅਪਲੋਡ ਨਹੀਂ ਹੋ ਸਕੀ ਤੇ ਉਹ ਐ ਗੱਲਾਂ ਨੇ ਦੋਸਤੋ ਬਾਕੀ ਗੱਲਾਂ ਦੋਸਤੋ ਨਸੀਬ ਦੀਆਂ ਨੇ ਸੋਦੇ ਨਸੀਬ ਦੇ ਤੇ ਦੋਸਤੋ ਮੈਂ ইমরান ਅਸलम ਵੜੈਚ ਤੇ ਤੁਸੀਂ ਵੇਖ ਰਹੇ ਹੋ ਆਪਣਾ ਮवेशੀ ਮੰਡੀ ਟੀਵੀ ਦੋਸਤੋ ਆਪਣੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਯਕੀਨ ਮੰਨੋ ਦੋਸਤੋ ਕਿ ਜਿੰਨੀ ਤੁਸੀਂ ਮੁਹੱਬਤ ਦਿੱਤੀ ਨਾ ਕਿ ਅਸੀਂ ਇਹ ਭੁੱਲ ਨਹੀਂ ਸਕਦੇ ਇਹਨੂੰ ਇਤਨੀ ਮੁਹੱਬਤ ਦੇ ਰਹੇ ਹੋ ਇਤਨੀ ਮੁਹੱਬਤ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਸਭ ਦੋਸਤਾਂ ਦਾ ਜਿਹੜੇ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਇਨਸ਼ਾਅੱਲਾ ਇਨਸ਼ਾਅੱਲਾ ਦੋਸਤੋ ਸਾਡਾ ਚੈਨਲ ਬਹੁਤ ਅੱਗੇ ਜਾਏਗਾ ਸਾਡਾ ਨਹੀਂ ਬਲਕਿ ਤੁਹਾਡਾ ਆਪਣਾ ਚੈਨਲ ਹੈ तो बाकी अल्लाह पाक खैर करे दोस्तों खैर होनी चाहिए दुआ गोम अल्लाह पाक मालिक नसीब करे हाजी और मैं कहना आई साहब जिस टाइम जानवर जाए लोड करो देवो टिड्डू दे। दुआ दया करो पता नहीं अल्लाह सोन ला कोई वक्त होंगे ज कबूलीयत का तो अल्लाह पाक साढ़े से रहम करे अल्लाह पाक सू माफ़ करे करो ता भी डरो ना करो तरो हर टाइम अल्लाह पाक को माफ़ी मंगती रहनी चाहिए बाकी अल्लाह पाक खैर करेगा दोस्तों दोस्तो अपनी पूरी कोशिश है ਕਿ ਅੱਛੇ ਤੋਂ ਅੱਛੇ ਜਾਨਵਰ ਤੁਹਾਡੇ ਵਾਸਤੇ ਲੈ ਕੇ ਆ ਵੀ ਹੈ ਐ ਦੋਸਤੋ ਮਿੰਨ ਤੇ ਲੱਗਦਾ ਮੱਝ ਬੰਨੀ ਸਾਲ ਨੇ ਫੇਰ ਨਾਸਗੀ ਨੇ ਬਾਰਿਜ ਬੁਰਸ਼ ਹੋਈ ਹੈ ਫੇਰ ਫੜ ਕੇ ਲਿਆਏ ਨੇ ਮੱਝ ਤੇ ਗੱਡੀ ਉਧਰ ਇੰਤਜ਼ਾਰ ਮੇਰਾ ਕਰਦੇ ਹੋਣੇ ਨੇ ਉਹਨੇ ਦੁਬਾਰਾ ਫੇਰ ਫੜ ਕੇ ਫੇਰ ਲਿਆਉਂਦੇ ਨੇ ਮਾਈ ਨੂੰ ਚਲੋ ਖੈਰ ਹੋਏ ਮਾਈ ਦਾ ਦਿਲ ਕੋ ਨਹੀਂ ਜਾਣਦੇ ਮੱਝ ਖੁਸ਼ ਸੀ ਜਾਨਵਰ ਦੀ ਦੋਸਤੋ ਖਿਆਲ ਰੱਖੋ ਕੇਅਰ ਕਰੋ ਹਿਫਾਜ਼ਤ ਕਰੋ ਐਸਾ ਵਾਲੀ ਚੀਜ਼ ਹੁੰਦੇ ਤੇ ਯਕੀਨ ਕਰੋ ਇਹਨਾਂ ਦਾ ਜਿੰਨਾ ਖਿਆਲ ਕਰੋਦੇ ਇਹਨਾਂ ਦੀ ਜਿੰਨੀ ਕੇਅਰ ਕਰੋਦੇ ਇਹ ਉਤਨਾ ਆਪਣਾ ਆਪ ਦੱਸਦੇ ਨੇ ਬਗੈਰ ਪਾਏ ਬਗੈਰ ਸੰਭਾਈ ਦੋਸਤੋ ਇਹ ਤੁਹਾਨੂੰ ਖੁਸ਼ ਨਹੀਂ ਕਰਦੇ ਤੁਸੈ ਇਹਨਾਂ ਨੂੰ ਰਾਜ਼ੀ ਰੱਖਣਾ ਹੈ ਨਾ ਤੁਹਾਨੂੰ ਰਾਜ਼ੀ ਰੱਖਣਾ ਹੈ ਤੇ ਯਕੀਨ ਮੰਨੋ ਇਹ ਬੇਜ਼ਬਾਨ ਮਾਲ ਜੇ ਤੇ ਇਹਨਾਂ ਦੀ ਖਿਦਮਤ ਕੀਤੀ ਕਰੋ ਉਹਦੇ ਚ ਫਾਇਦਾ ਜੇ ਜੇ ਇਹਨਾਂ ਨੂੰ ਭੁੱਖੇ ਬੰਨ ਦਿਓ ਦੇ ਧੁੱਪੇ ਸਾਰਾ ਸਾਰਾ ਦਿਨ ਵੇਖੋ ਦਾ ਨਾ ਪੱਠੇ ਨਾ ਪਾਉ ਦੇ मेरा रब भी नाराज हो जाता जी क्यों क्या इन्हना तूा बद क्यों खोल दियो ना रखो तो बाकी अल्लाह पा खैर करे दोस्तों अल्लाह पा क्या भाई और नसीब करे जी अल्लाह पा के चोनी पिनी दे दोस्तों साढ़े नंबर ने जीरो तीन सौ इकताली छ सौ बानवे बत्ती सिफर पां जीरो पूरा तीन सौ जीरो पूरा तीन सौ सौ छियानवे नब्बे ਦੋਸਤੋ WhatsApp, IMO, Messenger ਤੇ ਕਾਲ ਕਰ ਸਕਦੇ ਹੋ ਦੋਸਤੋ ਡਿਸਕ੍ਰਿਪਸ਼ਨ 'ਇ ਸਾਡੇ WhatsApp, IMO ਨੰਬਰ ਤਿੰਨੋ ਦਿੱਤੇ ਹੁੰਦੇ ਨੇ ਮੇਰਾ ਬਾਹਰ ਦਾ ਨੰਬਰ ਵੀ ਹੁੰਦਾ ਹੈ ਉੱਥੋਂ ਤੁਸੀਂ رابطہ ਕਰ ਸਕਦੇ ਹੋ ਦੋਸਤੋ ਮੈਂ ਮਾਫ਼ ਰਚਨਾ ਮੈਂ ਕਿਸੇ وجہ ਨਾਲ ਤੁਹਾਡੇ ਕਾਲ ਜਾਂ ਮੈਸੇਜ ਦਾ ਜਵਾਬ ਨਾ ਦੇ ਸਕਾ ਦੋਸਤੋ ਕਾਲ ਮੈਸੇਜ ਇਤਨੇ ਹੁੰਦੇ ਨੇ ਮੇਰੀ ਪੂਰੀ ਕੋਸ਼ਿਸ਼ ਯਕੀਨ ਮੰਨੋ ਮੇਰਾ ਅੱਲਾ ਜ਼ਮਾਨੇ ਜੇ ਮੈਂ ਆਪਣੀ ਪੂਰੀ ਕੋਸ਼ਿਸ਼ ਕਰਨਾ ਕਿ ਤੁਹਾਡੇ WhatsApp ਦੇ ਜਾਂ IMO ਜਾਂ Call attend ਕਰਾ ਜਵਾਬ ਦੇਆ ਮੈਨੂੰ ਦੁੱਖ ਹੁੰਦਾ ਮੈਂ ਨਾ attend ਕਰ ਸਕਾ ਨਾ ਦੋਸਤੋ ਕਿ ਯਾਰ ਗਿਆ ਬੰਦਾ ਕਾਲ ਪਿਆ ਕਰਦਾ ਹੈ ਕੀ ਸਮਝਦਾ ਹੋਵੇ ਤਾਂ ਕਿ ਇਹਨੂੰ ਕਿੰਨੀ ਕੋ ਫਿਟੇ ਯਕੀਨ ਮੰਨੋ ਦੋਸਤੋ ਕੋਈ ਫਿਟੇ ਨਹੀਂ ਕੋਈ غرور ਨਹੀਂ ਜੇ ਕੋਈ تکਬਰ ਨਹੀਂ ਮਾੜੇ ਜੇ ਬੰਦੇ ਆ ਤੁਹਾਡੇ ਸਾਹਮਣੇ ਸਾਡਾ ਡੇਰਾ ਸਾਡਾ ਨਿਜ਼ਾਮ ਦੇਸੀ ਜਾਂ ਮੋਲ ਹੈ ਅਲhamdulillah ਅੱਲਾ ਦਾ ਸ਼ੁਕਰ ਹੈ ਅਲhamdulillah ਅਲhamdulillah ਤੇ ਆਪਣੀ ਪੂਰੀ ਕੋਸ਼ਿਸ਼ ਹੈ ਇਨਸ਼ਾਅੱਲਾ ਦੋਸਤੋ ਮੈਂ ਅਸਲ ਡਿਊਟੀ ਕਰਨਾ ਜੌਬ ਕਰਨਾ ਸੌਦੀਆ ਵਿੱਚ ਤੇ ਤੁਹਾਨੂੰ ਵੀ ਟਾਈਮ ਦਿਨਾ ਚੈਨਲ ਨੂੰ ਵੀ ਹਾਜ਼ਰ ਰਹੋ ਵੀ ਬਾਕੀ ਦੋਸਤੋ ਖੁਸ਼ ਰਹੋ ਅਗਲੀ ਵੀਡੀਓ ਤੱਕ ਇਜਾਜ਼ਤ ਚਾਹੁੰਦਾ ਅੱਲਾ ਹਾਫਿਦ ਦੁਆਵਾਂ ਵਿੱਚ ਯਾਦ ਰੱਖਿਓ ਆਪਣਾ ਖਿਆਲ ਰੱਖਿਓ ਤੇ ਇਨਸ਼ਾ ਅੱਲਾ ਇਨਸ਼ਾ ਅੱਗਲੀ ਵੀਡੀਓ ਫੇਰ ਮਿਲਾਂਦੇ ਅੱਲਾ ਹਾਫਿਦ